हाँ जी, की हाल चाल है दोस्तों। बिग स्टार बायो देख रहे सारे दर्शकों का मैं जशन कुशवाहा हार्दिक स्वागत करता हाँ। दोस्तों अज आप सुरीली आवाज की मालिक मन्नत नूर जी की बायोग्राफी लेके हाजिर होए हाँ। दोस्तों तुसी उन्हों द्वारा गाया गीत लौंगला चीता जरूर ही सुनिया होगा, क्योंकि वह एक अजिहा गीत है जिस दे हुण तक 1 बिलियन प्लस व्यूज हैं। अज आप लौंगलाची गीत गाउण वाली मन्नत नूर दी जीवनी लैके हाजिर होए हां। वीडियो नूं पूरा दोस्तों जरूर देखियो ते वीडियो नूं लाइक करन दे नाल नाल अपना प्यारा ते मिठा जिहा क्लिक सबसक्राइब वाले बटन ते जरूर कर दो, क्योंकि आपां इसे तरह दीआं वीडियो अपने चैनल ते अपलोड करदे रहिंदे हां। चलो हुण आपां ज़्यादा समां ना लाउंदे होए मन्नत नूर दे जीवन वाली इक झात मार लैंदे हां। मन्नत नूर दा जन्म 10 दसंबर 1991 ईस्वी नूं जम्मू कश्मीर विखे होया। दोस्तों मन्नत जी प्रोफेशन दे तौर ते एक बहुत ही वधिया मशहूर पंजाबी सिंगर हन। मन्नत जी दा पूरा नाम मन्नत नूर है, घर दे इन्हां नूं प्यार दे नाल कोमल कह के बुलाउंदे हन। मन्नत जी नूं बचपन तों ही गायकी दा बहुत ही ज़्यादा शौक सी। ओह अपने स्कूल दे दिनां दे विच गायन मुकाबलियां दे विच हिस्सा लिया करदे सन। मन्नत जी जम्मू कश्मीर दे रहिण वाले सी, पर उन्हां दी भैण दा विआह मोहाली विखे होया सी। जदों वी मन्नत ਨੂੰ ਸਕੂਲ ਤੋਂ ਛੁੱਟੀਆਂ ਮਿਲਦੀਆਂ ਤਾਂ ਉਹ ਆਪਣੀ ਭੈਣ ਦੇ ਕੋਲ ਆ ਜਾਂਦੇ ਸਨ। ਪੰਜਾਬੀ ਵਿੱਚ ਆਉਣਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਹਿੱਸਾ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਪੂਰੀ ਤਰ੍ਹਾਂ ਪੰਜਾਬੀ ਵੀ ਆਉਂਦੀ ਸੀ। ਮੰਨਤ ਨੇ ਆਪਣੇ ਸਕੂਲ ਦੇ ਦਿਨਾਂ ਦੇ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਹੁਨਰ ਲਈ ਉਸ ਦੀ ਹਮੇਸ਼ਾ ਸਾਰੇ ਪ੍ਰਸ਼ੰਸਾ ਕਰਿਆ ਕਰਦੇ ਸਨ। ਉਸ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਮੰਨਤ ਜੀ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਿਆ ਕਰਦੇ ਸਨ, ਪਰ ਮੰਨਤ ਜੀ ਨੂੰ ਜ਼ਿਆਦਾ ਸਪੋਰਟ ਉਹਨਾਂ ਦੀ ਭੈਣ ਵੱਲੋਂ ਮਿਲੀ, ਕਿਉਂਕਿ ਉਹ ਮੰਨਤ ਦੇ ਚੰਗੇ ਮਾੜੇ ਸਮੇਂ ਵੇਲੇ ਸਾਥ ਦਿੰਦੇ ਸਨ। ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ ਅਤੇ ਪ੍ਰਾਈਵੇਟ ਦੇ ਵਿੱਚ ਪੜ੍ਹਨ ਲੱਗ ਗਏ। ਇਸ ਲਈ ਉਸ ਨੂੰ ਕਿਸੇ ਕਾਲਜ ਦੇ ਸਟੇਜ 'ਤੇ ਪ੍ਰਦਰਸ਼ਨ ਕਰਨ ਦਾ ਮੌਕਾ ਨਾ ਮਿਲਦਾ। ਮੰਨਤ ਮਸ਼ਹੂਰ ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ ਦੇ ਸੰਪਰਕ ਵਿੱਚ ਸਨ। ਉਸ ਨੇ ਮੰਨਤ ਦੀ ਮੁਲਾਕਾਤ ਪ੍ਰਸਿੱਧ ਲਿਖਾਰੀ ਪਵਿੱਤਰ ਪਿੱਟਾ ਜੀ ਦੇ ਨਾਲ ਕਰਵਾਈ। ਉਹ ਵੀ ਕਿਸੇ ਵਧੀਆ ਸਿੰਗਰ ਦੀ ਭਾਲ ਕਰ ਰਹੇ ਸਨ ਅਤੇ ਪਵਿੱਤਰ ਪਿੱਟਾ ਜੀ ਨੇ ਮੰਨਤ ਨੂਰ ਦੀ ਜਾਦੂਈ ਆਵਾਜ਼ ਸੁਣੀ ਅਤੇ ਉਹਨਾਂ ਨੂੰ ਮੰਨਤ ਜੀ ਦੀ ਆਵਾਜ਼ ਬਹੁਤ ਹੀ ਜ਼ਿਆਦਾ ਪਸੰਦ ਆਈ। ਪਵਿੱਤਰ ਪਿੱਟਾ ਜੀ ਨੇ ਆਪਣਾ ਲਿਖਿਆ ਸੌਂਗ ਸ਼ੌਕੀਨ ਜੱਟੀ ਮੰਨਤ ਨੂਰ ਨੂੰ ਦੇ ਦਿੱਤਾ ਅਤੇ ਉਹਨਾਂ ਦਾ ਇਹ ਗੀਤ ਰਿਕਾਰਡ ਕਰਵਾ ਲਿਆ। ਇਹ ਗੀਤ ਉਹਨਾਂ ਦਾ ਬਹੁਤ ਹੀ ਜ਼ਿਆਦਾ ਸੁਪਰਹਿੱਟ ਸਾਬਿਤ ਹੋਇਆ। ਉਹ ਗੀਤ ਮੰਨਤ ਦੇ ਕੈਰੀਅਰ ਨੂੰ ਬੁਲੰਦੀਆਂ 'ਤੇ ਲੈ ਗਿਆ। ਉਹ ਗੀਤ ਉਹਨਾਂ ਦਾ ਬਹੁਤ ਹੀ ਜ਼ਿਆਦਾ ਲੋਕਾਂ ਨੇ ਸੁਣਿਆ ਅਤੇ ਫਿਰ ਮੰਨਤ ਦੀ ਸੁਰੀਲੀ ਆਵਾਜ਼ ਕਰਕੇ ਇਹਨਾਂ ਨੂੰ ਬਹੁਤ ਸਾਰੇ ਗਾਣੇ ਮਿਲੇ, ਜਿਵੇਂ ਉਹਨਾਂ ਦਾ ਗੀਤ ਆਇਆ ਸੀ ਸੂਰਮਾ, ਉਹਨਾਂ ਨੇ ਗੀਤ ਗਾਇਆ ਸੀ 28 ਕਿੱਲੇ ਗਿੱਪੀ ਗਰੇਵਾਲ ਦੇ ਨਾਲ, ਅਤੇ ਫਿਰ ਉਹਨਾਂ ਦਾ ਗੀਤ ਆਇਆ ਸੀ ਸੂਟ ਪਟਿਆਲਾ। ਅਜਿਹੇ ਇਹਨਾਂ ਦੇ ਦੋਸਤੋ ਬਹੁਤ ਹੀ ਜ਼ਿਆਦਾ ਸੁਪਰਹਿੱਟ ਗੀਤ ਗਾਏ। ਮੰਨਤ ਨੂਰ ਜੀ ਦੀ ਪਹਿਚਾਣ ਉਦੋਂ ਹੋਰ ਵੱਧ ਗਈ ਜਦੋਂ ਇਹਨਾਂ ਨੂੰ ਨੀਰੂ ਬਾਜਵਾ ਦੀ ਫਿਲਮ ਲੌਂਗਲਾਚੀ ਦੇ ਵਿੱਚ ਲੌਂਗਲਾਚੀ ਗੀਤ ਗਾਉਣ ਦਾ ਮੌਕਾ ਮਿਲਿਆ। ਉਹ ਗੀਤ ਇੰਡੀਆ ਦਾ ਸਭ ਤੋਂ ਨੰਬਰ 1 ਗੀਤ ਬਣ ਗਿਆ ਹੈ, ਕਿਉਂਕਿ ਉਸ ਗੀਤ ਦੇ ਹੁਣ ਤੱਕ 1 ਬਿਲੀਅਨ ਪਲੱਸ ਵਿਊਜ਼ ਹਨ। ਦੋਸਤੋ ਹੁਣ ਤੱਕ ਅਜਿਹਾ ਪੰਜਾਬੀ ਗੀਤ ਕੋਈ ਨਹੀਂ ਬਣਿਆ ਜਿਸ ਦੇ ਇੰਨੇ ਵਿਊਜ਼ ਹੋਣ। ਮੰਨਤ ਜੀ ਨੇ ਇਹ ਗੀਤ ਗਾ ਕੇ ਸਭਨਾਂ ਨੂੰ ਸਾਬਿਤ ਕਰਕੇ ਦਿਖਾ ਦਿੱਤਾ ਕਿ ਜੇਕਰ ਆਵਾਜ਼ ਦੇ ਵਿੱਚ ਦਮ ਹੋਵੇ ਤਾਂ ਉਹਨਾਂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਬੁਲੰਦੀਆਂ 'ਤੇ ਲੈ ਜਾਂਦੀ ਆ। ਦੋਸਤੋ ਜੇਕਰ ਹੁਣ ਅਸੀਂ ਮੰਨਤ ਜੀ ਦੀ ਮੈਰਿਜ ਦੀ ਗੱਲ ਕਰੀਏ ਤਾਂ ਉਹ ਹਲੇ ਤੱਕ ਅਨਮੈਰਿਡ ਹਨ। ਉਹਨਾਂ ਦੇ ਫੇਵਰੇਟ ਐਕਟਰ ਦਲਜੀਤ ਹਨ ਅਤੇ ਫੇਵਰੇਟ ਐਕਟਰਸ ਕ੍ਰਿਸ਼ਮਾ ਕਪੂਰ ਅਤੇ ਉਹਨਾਂ ਦੇ ਫੇਵਰੇਟ ਸਿੰਗਰ ਗੁਰਦਾਸ ਮਾਨ ਅਤੇ ਜਸਵਿੰਦਰ ਨਰੂਲਾ ਜੀ ਹਨ। ਹੌਬੀ ਦੇ ਵਿੱਚ ਉਹਨਾਂ ਨੂੰ ਡਰਾਈਵਿੰਗ ਕਰਨਾ ਅਤੇ ਡਾਂਸ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਆ। ਦੋਸਤੋ ਅਸੀਂ ਆਸ ਕਰਦੇ ਹਾਂ ਕਿ ਮੰਨਤ ਜੀ ਭਵਿੱਖ ਦੇ ਵਿੱਚ ਹੋਰ ਵੀ ਵੱਡਾ ਕਰਨ ਅਤੇ ਸਭਨਾਂ ਦਾ ਦਿਲ ਜਿੱਤ ਲੈਣ। ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ। ਜੇ ਵੀਡੀਓ ਪਸੰਦ ਆਈ ਲਾਈਕ ਕੋਮੈਂਟ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਇਸੇ ਤਰ੍ਹਾਂ ਦੀ ਬਾਇਓਗ੍ਰਾਫੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ।